بسم الله الرحمن الرحیم السلام علیکم میں دلاور بفرا امید کرنا دوست ہے ٹھیک ٹھاک ہو گئے اج دا ولوگ کرنا سٹارٹ چلو جی اسی نا دکان تے بیٹھے نا میں ذرا کوئی کام لگا محسوس ہے تھوڑا جے تے او میرا دوست اسلم ہے تے او نا محسوس نے پھر امب لے کے آیا کتھوں امب رکشے والا کوئی پئی رکشے کو ملے اچھا اچھا کیا کر کے اب سیدھا کر اے تو گلا تو کے تو گلا پھر اینو کٹ کے دے لے سیدھا کر کے لے شریر لے کے تو گلا چلو جی اصل جانا کلا کلا امب لیا کلا کلا امب لائن لگا سی امب کٹ کے تین کھوانے یار تیار کرے گا ہلو رون نہیں مارنا ساڈا بھی سائڈ میں تے گڈ کھا رہا میں گڈ کھا رہا یار گٹک بچ نہیں رکھی تھی وہ نہیں رکھی تھی بچ گٹک کہڑی دو دریا آ لو جی دو لے لیا نا ماموں نہ رون بج گیا اچھا کٹائی تھی تین بندے کھا گئے گلاس پڑنے پینے میں رج جانا روٹی کھوا میں گھر لیٹا پہ تھا ایک دوست نے فون کیا بھی میرا رستے کے مک گیا پٹرول تو مجھے پٹرول لیا کے پٹرول ایجنسی کے نال گھر ایجنسی کے پمپ کے سامنے گھر کا ایک یہ مصیبت ہے موٹر پٹرول ہلو سر پٹرول پٹرول کے کوئی پیسے نہیں پٹرول کے پیسے ایجنسی والے دے تے تہاڈا نہیں گلا مکنا ہر بندے کا مکتا ہے یہ جدھر کا مہنگا ہوا بندے بندے پہنتے ہیں یار 300 کا پانی 300 کا ہوتا لیٹر بندے کہتے کتنے بھی 1.5 لیٹر آ جاتا بوتل واپس کرو تو 300 روپیہ ایجنسی والے دے دے گا ادھر کیک مارو اسٹارٹ ہو جانا چوک چوک دو ٹائر سامان بھی بچنا چیک کرو جی برولا چیک کرو وہ تو ختم ہی ہو گیا تو اب پھر نا ابھی کر رہے ایک پارٹی بریانی پارٹی تو ایک دو دوست نے تو وہ نال وہ کہتے بھی اج نہ اب پارٹی تیری طرفوں تو پھر جدھر پروگرام بنیا ادھر پارٹی ہوئے گی ساری طرفوں اج انہوں نے میں بریانی بنا کے اپنے ہاتھ رکھوا لیا تو بریانی واسطے سب تو پہلے لیا کر رہے ہیں گوشت تو جی گوشت لین میں آیا تھا تو پیسے دے کے اونچی چل چلا گوشت اتنے رہ چلا
ਚਲੋ ਜੀ ਇੱਕ ਮੈਂ ਗੋਸ਼ਟ ਲੈ ਕੇ ਘਰ ਪਹੁੰਚਾ ਤੇ ਜਦੋਂ ਵੀ ਇੱਕ ਵੀਡੀਓ ਬਣਾ ਲਈ ਤੇ ਆਈਸਕ੍ਰੀਮ ਵਾਲੇ ਤੇ ਕੁਲਫੇ ਵਾਲੇ ਤੇ ਗੋਲੇ ਵਾਲੇ ਬਾਹਰ ਆਪਣਾ ਸ਼ੋਰ ਸ਼ੁਰੂ ਕਰ ਲੈਂਦੇ ਚਲੋ ਜੀ ਬਰਿਆਨੀ ਬਣਾਣੀ ਕਰ ਦਿੱਤੀ ਸ਼ੁਰੂ ਤੇ ਆਗਮਨ ਕੀ ਬਾਅਦ ਤੇ ਹੁਣ ਸਭ ਤੋਂ ਪਹਿਲੇ ਦੇ ਪਾਣੇ ਘਿਓ ਆਗਮਨ ਲਈ ਇਹਨਾਂ ਵਿੱਚ ਦੇਸ ਕੇ ਪਾਣੇ ਘਿਓ ਘਿਓ ਪਾਇਆ ਪਹਿਲੇ ਘਿਓ ਨੂੰ ਕੀਤਾ ਗਰਮ ਤੇ ਫਿਰ ਛੋਟੇ ਜਿਹੇ ਗੰਡੇ ਤੇ ਹੁਣ ਗੰਡੇ ਜਿਹੜੇ ਨੇ ਉਹ ਜਦੋਂ ਸੁਰਖ ਹੋਣਗੇ ਤੇ ਫਿਰ ਇਹਦੇ ਪਾਵਾਂਗੇ ਮਿਰਚ ਨੂੰ ਮਸਾਲਾ ਤੁਹਾਨੂੰ ਜੀ ਪਿਆਰ ਲਾ ਹੁਣ ਤੋਂ ਬਾਅਦ ਨਾ ਉਹਦੇ ਵਿੱਚ ਪਾ ਦਿੱਤਾ ਹੈ ਗੋਸ਼ਤ ਤੇ ਅੱਜ ਬਿਰਿਆਨੀ ਬਣਾ ਰਿਹਾ ਬਕਲਮ ਖੁਦ ਮੈਂ ਤੋ ਜੀ ਗੋਸ਼ਤ ਹੈ ਨਾ ਉਹ ਗਿਆ ਗਾਲ ਹੁਣ ਤੇ ਹੁਣੇ ਵੀ ਕਰਦੇ ਵੀ ਪਹਿਲੇ ਪਾਣੇ ਪਾਣੀ ਤੇ ਫਿਰ ਪਾਣੀ ਪਕਾ ਕੇ ਫਿਰ ਇਹਦੇ ਚਾਵਲ ਪਾਵਾਂਗੇ ਪਾਣੀ ਕਿਆ ਉਬਲ ਤੇ ਹੁਣ ਨਾ ਇਹਦੇ ਚ ਪਾਉਂਦੇ ਚਾਵਲ ਮਾਰ ਰਿਹਾ ਚਾਵਲ ਹੁਣ ਇਹਦੇ ਚ ਪਾਉਂਦੇ ਚੌਲ ਕਹਿੰਦੇ ਤਿਆਰ ਹੋ ਤਕਰੀਬਨ ਹੁਣ ਦਮ ਦੇਣ ਲੱਗੇ ਦਮ ਕਰ ਲੈ ਜੀ ਕੱਪੜੇ ਕਹਿੰਦੇ ਪਾਉਣੇ ਚਲੋ ਜੀ ਚਾਵਲ ਪੱਕ ਗਏ ਨੇ ਤੇ ਜਿਹੜਾ ਨਾ ਉਹਨਾਂ ਦਮ ਦਿੱਤਾ ਸੀ ਤੇ ਥੱਲੇ ਸੇਕਾ ਥੋੜ੍ਹਾ ਜ਼ਿਆਦਾ ਤੰਦੂਰੀ ਹੈ ਤੰਦੂਰੀ ਦੇ ਵਿੱਚ ਅੱਗ ਬਹੁਤ ਜ਼ਿਆਦਾ ਸੀ ਤੇ ਥੱਲੇ ਮੈਂ ਤਵਾ ਦੇ ਦਿੱਤਾ ਵੀ ਸੇਕਾ ਹੁਣ ਜ਼ਿਆਦਾ ਹੁਣ ਨਾ ਜੀ ਅਲਹਮਦੁਲਿਲਾ ਦਮ ਦਾ ਟਾਈਮ ਵੀ 10-15 ਮਿੰਟ ਪੂਰੇ 10 ਕੁ ਮਿੰਟ ਤਕਰੀਬਨ ਦਿੱਤਾ ਤੁਹਾਨੂੰ 10 ਮਿੰਟ ਦਮ ਦਾ ਟਾਈਮ ਵੀ ਹੋ ਗਿਆ ਪੂਰਾ ਤੇ ਹੁਣ ਦਮ ਲੱਗਿਆ ਪੁੱਟਣ ਤੇ ਜ਼ਰਾ ਚੈੱਕ ਕਰਨਾ ਕਿਵੇਂ ਦੀ ਬਰਿਆਨੀ ਬਣੀ ਚਲੋ ਜੀ ਅਲਹਮਦੁਲਿਲਾ ਜਿਹੜਾ ਨਾ ਬਿਰਿਆਨੀ ਬਣਾ ਕੇ ਲਿਆਉਂਦੀ ਸਪੈਸ਼ਲ ਕਿਸਮ ਦੀ ਜਿਹਨੂੰ ਸਪੈਸ਼ਲ ਬਿਰਿਆਨੀ ਕਹਿੰਦੇ ਨੇ ਅਤੇ ਬਹੁਤ ਦੇਰ ਬਾਅਦ ਕੋਈ ਸਾਲ ਬਾਅਦ ਬਣਾਈ ਤਕਰੀਬਨ ਅਤੇ ਜਿਹੜਾ ਬਿਰਿਆਨੀ ਖਾ ਕੇ ਤੁਹਾਨੂੰ ਚੈੱਕ ਕਰਕੇ ਬੰਦਿਆਂ ਨਾਲ ਬੰਦਿਆਂ ਕੋਲ ਪੁੱਛ ਲੈਣ ਕੈਸੀ ਬਣੀ ਕਰੋ ਸ਼ੁਰੂ ਕਰੋ ਕਰੋ ਸ਼ੁਰੂ ਕਰੋ ਲੱਗਦੀ ਸਹੀ ਬਣੀ ਲੱਗਦੀ ਲੱਗਦਾ ਹੋਟਲ ਬਣਾਉਣਾ ਪੈਣਾ ਨਹੀਂ ਹੋਟਲ ਤੇ ਬਣਾਉਣਾ ਪੈਣਾ ਆਵੇ ਚੱਲਣ ਫੇਰ ਚੱਲੇ ਨੇ ਫੇਰ ਟੋਪੇ ਨੰਨੀ ਬਸ ਆਪਣੀ ਸੁਈ ਆ ਦੇਖੋ ਆਈ ਕੰਬੋ ਕੋਣੀ ਬੰਦਾ ਵਾ ਯਾਰ ਕਿਉਂ ਸੁਈ ਚੱਕਣਾ ਮੈਂ ਲੱਗੇ ਬੰਦੇ ਯਾਰ ਵਾਸ਼ਿੰਗ ਮਸ਼ੀਨ ਕੱਲ੍ਹ ਦੀ ਕੀਤੀ ਬੱਚਿਆਂ ਨੇ ਖਰਾਬ ਅਤੇ ਉਹਦਾ ਨਾ ਫੁੱਲ ਕਹਿੰਦੇ ਘੁੰਮਦਾ ਨਹੀਂ ਅੜਦਾ ਹੈ ਅਤੇ ਉਹਨੂੰ ਪਹਿਲੇ ਚੈੱਕ ਕਰਨੇ ਆ ਫਿਰ ਉਹਨੂੰ ਖੋਲ੍ਹ ਕੇ ਦੇਖਦੇ ਵੀ ਕੀ ਮਸਲਾ ਫਸ ਫਸ ਕੇ ਚੱਲਦੀ ਹੈ ਪਹਿਲਾਂ ਪੇਚਕਸ ਲੈ ਕੇ ਤਾਂ ਫੁੱਲ ਖੋਲ੍ਹਦੇ ਹਾਂ ਅਤੇ ਉਹਨੂੰ ਖੋਲ੍ਹ ਕੇ ਚੈੱਕ ਕਰਨਾ ਵੀ ਕਿਹੜੀ ਚੀਜ਼ ਵਿੱਚ ਫਸਦੀ ਬੱਚੇ ਜਿਹੜੇ ਉਹ ਕਹਿੰਦੇ ਨੇ ਵੀ ਪਾਪਾ ਇਹਦਾ ਪਾਣੀ ਵਾਲਾ ਪੈਪ ਜਿਹੜਾ ਨਾ ਉਹ ਲੀਕ ਹੈ ਜਿਹਦੀ ਵਜ੍ਹਾ ਤੋਂ ਇਹ ਮਸਲਾ ਕਰਦੀ ਮੈਂ ਪਹਿਲੇ ਪਾਣੀ ਵਾਲਾ ਪੈਪ ਲਿਆਂਦਾ ਉਹ ਲਿਆ ਕੇ ਚੇਂਜ ਕੀਤਾ ਅਤੇ ਕੋਈ ਨਵਾਂ ਲਿਆ ਕੇ ਪਾਇਆ ਹੁਣ ਆਹ ਪੈਪ ਚੇਂਜ ਕੀਤਾ ਅਤੇ ਪੈਪ ਜਿਹੜਾ ਪਾਣੀ ਵਾਲਾ ਪਹਿਲੇ ਵਾਲਾ ਜਿਹੜਾ ਖਰਾਬ ਹੋਇਆ ਸੀ ਇੱਥੇ ਤੈਨੂੰ ਮੈਂ ਦਿਖਾਉਂਦਾ ਕਿੱਧਰ ਗਿਆ ਪਾਣੀ ਵਾਲਾ ਪੈਪ ਜਿਹੜਾ ਨਾ ਆਹ ਪਹਿਲੇ ਵਾਲਾ ਖਰਾਬ ਹੋਇਆ ਸੀ ਥੱਲੋਂ ਲੀਕ ਕਰਦਾ ਸੀ ਆਹ ਲੀਕ ਕਰਦਾ ਸੀ ਇਹਨੂੰ ਨਾਲ ਲਿਆ ਕੇ ਪਾਣੀ ਵਾਲਾ ਪੈਪ ਲਿਆ ਕੇ ਨਵਾਂ ਪਾਇਆ
ਚਲੋ ਜੀ ਹੁਣ ਨਾ ਮੈਂ ਇਹਦਾ ਫੁੱਲ ਖੋਲਣ ਲੱਗਾ ਅਤੇ ਥੱਲਿਓ ਜਿਹੜਾ ਨਾ ਉਹ ਪੁਲੀ ਘੁੰਮੀ ਜਾਣ ਡਈ ਅਤੇ ਹੁਣ ਥੱਲੋਂ ਪਕੜ ਕੇ ਰੱਖਦੇ ਨੇ ਅਤੇ ਮੈਂ ਇੱਧਰੋਂ ਖੋਲਣਾ ਚੱਲ ਥੱਲੋਂ ਪਕੜ ਕੇ ਰੱਖਿਓ ਖੁੱਲ੍ਹੇ ਨਾ ਥੱਲੋਂ ਘੁੰਮੇ ਨਾ ਨਟ ਉਹ ਨਟ ਤੇ ਥੱਲੋਂ ਗਲਾ ਪਿਆ ਥੱਲੋਂ ਇਹ ਠੀਕ ਲੱਗਦਾ ਹਲੇ ਆਹ ਗਲਿਆ ਜੇ ਸਾਡਾ ਥੱਲੋਂ ਵੇਖਦੀ ਹੁਣ ਲੱਗਣ ਡੀ ਤੇ ਇੱਥੋਂ ਗਏ ਆਹ ਪੱਤਰਾ ਗਲ ਵਿੱਚੋਂ ਗਿਆ ਅਤੇ ਇਹ ਜਿਹੜੀ ਫੁੱਲ ਇਹਨਾਂ ਦਾ ਵਿੱਚੋਂ ਗਲ ਗਿਆ ਇਹਨੂੰ ਹੁਣ ਲਿਆ ਕੇ ਲੱਗਦਾ ਨਵਾਂ ਪਾਉਣਾ ਪੈਣਾ ਆਹ ਦੇਖ ਵਿੱਚੋਂ ਸਾਰੀ ਕਾਲੀ ਭੇਜ ਅਤੇ ਵਿੱਚੋਂ ਇਹ ਪਲੇਟ ਸਾਰੀ ਕਾਲੀ ਬਾਹਰ ਅਤੇ ਹੁਣ ਇਹਦਾ ਫੁੱਲ ਜਾਂ ਸਾਰਾ ਮੁਕੰਮਲ ਨਵਾਂ ਲਿਆ ਕੇ ਲੱਗਦਾ ਪਾਉਣਾ ਪੈਣਾ ਅਤੇ ਇੱਥੇ ਮੇਰਾ ਇਹਦਾ ਵਲੋਗ ਉਮੀਦ ਕਰਨਾ ਤੈਨੂੰ ਚੰਗਾ ਲੱਗਾ ਹੈਗਾ ਚੰਗਾ ਲੱਗਾ ਤਾਂ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਅਤੇ ਨਾਲੇ ਮੇਰੇ ਲਾਦਾ ਚੱਟ ਵਲੋਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼।